ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਰਵਰਦ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਹੀ ਮੌਸਮ ਦੀ ਹਾਲ ਬੈਣੀ ਲੰਘੇ ਕੱਲ ਵੀ ਪੰਜਾਬ ਦੇ ਵਿੱਚ ਮੌਸਮ ਠੰਡਾ ਰਿਹਾ ਧੁੱਪ ਬਿਲਕੁਲ ਨਹੀਂ ਨਿਕਲੀ ਪੂਰੇ ਪੰਜਾਬ ਦੇ ਵਿੱਚ ਜੇ ਕਿਤੇ ਮਾੜੀ ਮੋਟੀ ਨਿਕਲੀ ਹੈ ਨਾਲ ਦੀ ਨਾਲ ਹੀ ਬਦਲੀ ਨੇ ਸੂਰਜ ਟਕ ਲਿਆ ਪੰਜਾਬ ਦੇ ਵਿੱਚ ਲੰਘੇ ਕੱਲ ਵੀ ਕਈ ਥਾਵਾਂ ਤੇ ਮੀਂਹ ਪਿਆ ਜਲੰਧਰ ਦੇ ਵਿੱਚ ਵੀ ਕਾਫੀ ਮੀਂਹ ਪਿਆ ਪੰਜਾਬ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਮੀਂਹ ਪਿਆ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਅੱਜ ਯਾਨੀ ਕਿ 4 ਤਰੀਕ ਨੂੰ ਭਲਕ ਯਾਨੀ ਕਿ 5 ਤਰੀਕ ਨੂੰ 2 ਦਿਨ ਪੰਜਾਬ ਦੇ ਵਿੱਚ ਮੀਂਹ ਦੀ ਪੂਰੀ ਪੂਰੀ ਸੰਭਾਵਨਾ ਫਿਰ ਪਤਾ ਲੱਗਾ ਜੀ ਕਿ 6 ਤੇ 7 ਤਰੀਕ ਨੂੰ ਪੰਜਾਬ ਦੇ ਵਿੱਚ ਮੌਸਮ ਠੀਕ ਰਹਿਣਾ ਤੇ 7 ਤੇ 8 ਤਰੀਕ ਨੂੰ ਪੰਜਾਬ ਦੇ ਵਿੱਚ ਫੇਰ ਬਦਲਵਾਈ ਜੀ ਰਹਿਣੀ ਆ ਮਤਲਬ ਕਹਿਣ ਦਾ ਇਹ ਆ ਕਿ ਮਈ ਦੀ 10 ਤਰੀਕ ਤੱਕ ਪੰਜਾਬ ਦੇ ਵਿੱਚ ਗਰਮੀ ਨੇ ਜ਼ੋਰ ਨਹੀਂ ਫੜਨਾ ਜਿਵੇਂ ਕਿ ਅੰਦਾਜ਼ਾ ਪੇਸ਼ ਕੀਤਾ ਗਿਆ ਮੌਸਮ ਵਿਭਾਗ ਨੇ ਵੀ ਗੱਲ ਕਹੀ ਆ ਕਿ ਇੱਕ ਦਹਾਕੇ ਤੋਂ ਵੱਧ ਦਾ ਰਕਾਰ ਟੁੱਟ ਗਿਆ ਮਈ ਦੇ ਮਹੀਨੇ ਦੇ ਵਿੱਚ ਆਮ ਤੌਰ ਦੇ ਉੱਤੇ ਪਹਿਲਾ ਹਫਤਾ ਹੋਵੇ ਜਦੋਂ ਤੇ ਫਿਰ 42 43 ਡਿਗਰੀ ਤੱਕ ਤਾਪਮਨ ਪਹੁੰਚ ਜਾਂਦਾ ਬਹੁਤੀ ਵਾਰ ਪਰ ਐਤਕੀ ਜਿਹੜਾ ਉਹ 35 ਤੱਕ ਵੀ ਨਹੀਂ ਪਹੁੰਚ ਰਿਹਾ ਕਾਰਨ ਇਹ ਆ ਵੀ ਐਤਕੀ ਅਚਾਨਕੀ ਮੌਸਮ ਨੇ ਐਸੀ ਕਰਵਟ ਬਦਲੀ ਆ ਹੈ ਵੀ ਸੌਣ ਭਾਦੋਂ ਦੇ ਮੀਂਹ ਦਾ ਅਹਿਸਾਸ ਹੋਣ ਲੱਗ ਪਿਆ। ਕਦੇ-ਕਦੇ یوں ਲੱਗਦਾ ਵੀ ਜਮਿੰਟ ਲਹੌਜ਼ੀ ਦੇ ਵਿੱਚ ਬੈਠੇ ਆ ਕਿਉਂਕਿ ਠੰਡੀ ਹਵਾ ਚੱਲਦੀ ਆ ਤੇ ਲੱਗਦਾ ਹੀ ਨਹੀਂ ਵੀ ਭਾਈ ਗਰਮੀ ਦੇ ਵਿੱਚ ਅਸੀਂ ਪੈਰ ਧਰ ਲਿਆ। ਸੋ ਬਾਕੀ ਵਕਤ ਦਸੂਗਾ ਵੀ ਭਾਈ ਜਦੋਂ ਗਰਮੀ ਪੈਣ ਲੱਗੀ ਉਦੋਂ ਕਿੰਨੇ ਕ ਵੱਟ ਨਿਕਲਦੇ ਆ ਪਰ ਮਈ ਤੇ ਜੂਨ ਦੇ ਮਹੀਨੇ ਤੱਕ ਵੱਟ ਕੱਟ ਦੇ ਗਰਮੀ ਦੇ ਹੁੰਦੀ ਆ। ਐਤਕੀ ਮਈ ਦਾ ਪਹਿਲਾ ਹਫਤਾ ਇਹੀਂ ਨਿਕਲ ਜਾਣਾ। ਲੋਕਾਂ ਨੂੰ ਵਕਤੀ ਤੌਰ ਦੇ ਉੱਤੇ ਰਾਹਤ ਮਿਲੀ ਆ। ਘਰਾਂ ਦੇ ਵਿੱਚ ਏਸੀ ਨਹੀਂ ਚੱਲੇ ਜਾਂ ਬਹੁਤ ਘੱਟ ਚੱਲੇ ਆ। ਬਿਜਲੀ ਦੀ ਖਪਤ ਹਾਲੇ ਤੱਕ ਘਟੀ ਹੋਈ ਆ। ਤੇ ਬਾਕੀ ਸਮਾਂ ਦਸੂ ਬਣਦਾ ਕੀ ਆ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਡੀਜੀਪੀ ਸਾਹਿਬ ਨੂੰ ਰਾਜਪਾਲ ਸਾਹਿਬ ਨੇ ਜਿਹੜੀ ਇੱਕ ਦਿੱਥੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਮੰਤਰੀ ਦੀ ਵੀਡੀਓ ਦੇ ਬਾਬਤ ਸ਼ਿਕਾਇਤ ਕੀਤੀ ਗਈ ਹੈ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਉਹਦੀ ਪੜਤਾਲ ਕਰਨ ਵਾਸਤੇ ਕਿਹਾ ਗਿਆ ਪਰ ਉਸ ਤੋਂ ਪਹਿਲਾਂ ਇੱਕ ਦੁਖਦਾਈ ਖਬਰ ਸਾਂਝੀ ਕਰਨੀ ਬਣਦੀ ਹੈ ਮੈਂ ਵੀ ਤੇ ਸ਼ਾਇਦ ਆਪ ਜੀ ਵੀ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਲੋਕ ਇਹੋ ਜਿਹੇ ਆ ਜਿਹੜੇ ਕਿ ਬੂਟਾ ਸਿੰਘ ਛਾਰਦੀ ਲੇਖਣੀ ਦੇ ਪ੍ਰਸ਼ੰਸਕ ਸਨ ਸਨ ਮੈਂ ਤਾਂ ਕਿਹਾ ਕਿ ਕਿਉਂਕਿ ਉਹ ਦੁਨੀਆ ਦੇ ਉੱਤੇ ਰਹੇ ਨਹੀਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਇੱਕ ਦਾਨ ਸਿੰਘ ਵਾਲਾ ਇੱਥੇ ਉਹ ਪੈਦਾ ਹੋਏ ਸੀ ਯਾਨੀ ਕਿ ਮਾਲਵੇ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਉਸ ਬੰਦੇ ਨੇ ਉਸ ਇਨਸਾਨ ਨੇ ਆਪਣੀ ਕਲਮ ਦੇ ਰਾਹੀਂ ਕਿਵੇਂ ਤੈਅ ਕੀਤਾ ਇਹਦੇ ਬਾਬਤ ਸਿਰਫ ਉਹੀ ਲੋਕ ਜਾਣਦੇ ਬੂਟਾ ਸਿੰਘ ਬਰਾੜ ਤੋਂ ਬੂਟਾ ਸਿੰਘ ਸ਼ਾਦ ਬਣਨ ਵਾਲੇ ਇਨਸਾਨ ਦੇ ਬਾਰੇ ਜਿਹੜੇ ਲੋਕਾਂ ਨੂੰ ਸਾਹਿਤ ਦਾ ਇਲਮ ਜਿਹੜੇ ਲੋਕ ਕਿਤਾਬਾਂ ਪੜਨ ਦੇ ਆਸ਼ਿਕ ਆ ਜਿਨ੍ਹਾਂ ਨੂੰ ਪਤਾ ਕਿ ਬੂਟਾ ਸਿੰਘ ਸ਼ਾਦ ਨਾਵਲ ਲੇਖਣੀ ਦੇ ਵਿੱਚ ਕਿੰਨੀ ਵੱਡੀ ਮੁਹਾਰਤ ਰੱਖਦਾ ਸੀ 27 ਤੋਂ ਬਾਅਦ ਉਹਨਾਂ ਦੇ ਨਾਵਲ ਪ੍ਰਕਾਸ਼ਿਤ ਹੋਏ ਬਹੁਤ ਸਾਰੀਆਂ ਹੋਰ ਪੁਸਤਕਾਂ ਆਈਆਂ ਉਹਨਾਂ ਨੇ ਕਈ ਹਿੰਦੀ ਤੇ ਪੰਜਾਬੀ ਫਿਲਮਾਂ ਵੀ ਲਿਖੀਆਂ ਬਾਲੀਵੁੱਡ ਦੇ ਵਿੱਚ ਉਹਨਾਂ ਦਾ ਭਰਪੂਰ ਯੋਗਦਾਨ ਸੀ ਇੱਕ ਛੋਟੇ ਜਿਹੇ ਪਿੰਡ ਦਾਨ ਸਿੰਘ ਵਾਲਾ ਤੋਂ ਉੱਠ ਕੇ ਮਾਇਆ ਨਗਰੀ ਦੇ ਵਿੱਚ ਪੈਰ ਜਮਾਉਣੇ ਤੇ ਜ਼ਿੰਦਗੀ ਦਾ ਲੰਮਾ ਹਿੱਸਾ ਮਾਇਆ ਨਗਰੀ ਦੇ ਵਿੱਚ ਰਹਿਣਾ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਸਿਰਸੇ ਦੇ ਵੱਲ ਪਿੰਡ ਹੈ ਕੋਨੜਾ ਤੇ ਉੱਥੇ ਉਹਨਾਂ ਨੇ ਆਪਣੇ ਇਹ ਆਖਰੀ ਦਿਨ ਕੱਟੇ ਆ ਤੇ ਉਹਨਾਂ ਦੀ ਲੰਘੇ ਕੱਲ ਮੌਤ ਹੋ ਗਈ ਹੈ ਮੈਨੂੰ ਨਿੱਜੀ ਤੌਰ ਦੇ ਉੱਤੇ ਇਸ ਗੱਲ ਦਾ ਹਮੇਸ਼ਾ ਦੁੱਖ ਰਹੂਗਾ ਕਿ ਕਦੇ ਉਹਨਾਂ ਨੇ ਦਰਸ਼ਨ ਨਹੀਂ ਕਰ ਸਕੇ ਬਹੁਤ ਵਾਰ ਚਿਤ ਕੀਤਾ ਪਰ ਉਹ ਬੰਬੇ ਦੇ ਵਿੱਚ ਰਹਿੰਦੇ ਸੀ ਤੇ ਬਦਕਿਸਮਤੀ ਆ ਕਿ ਮੇਲ ਹੋ ਨਹੀਂ ਸਕਿਆ ਇਹੋ ਜੇ ਲੋਕਾਂ ਨੂੰ ਵਾਰ-ਵਾਰ ਮਿਲਣਾ ਚਾਹੀਦਾ ਮਿਲਣ ਨੂੰ ਚਿਤ ਕਰਦਾ ਰਹਿੰਦਾ ਜਿਹੜੀ ਪਹਿਲੀ ਵੱਡੀ ਖਬਰ ਅਸੀਂ ਸਾਂਝੀ ਕਰਨ ਲੱਗੇ ਆ ਉਹ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕੀਤੇ ਗਏ ਸਵਾਲਾਂ ਨਾਲ ਸੰਬੰਧਤ ਹੈ ਆਮ ਆਦਮੀ ਪਾਰਟੀ ਦੇ ਉੱਤੇ ਤਾਬੜ ਤੋੜ ਹੋ ਰਹੇ ਹਮਲਿਆਂ ਨਾਲ ਸੰਬੰਧਤ ਹੈ ਉਹ ਕਿਹੜਾ ਮੰਤਰੀ ਹੈ ਇਸ ਗੱਲ ਦੀ ਚਲਦੀ ਹੋਈ ਚਰਚਾ ਨਾਲ ਸੰਬੰਧਤ ਹੈ ਵੀ ਮੰਤਰੀ ਕਿਹੜਾ ਹੋਇਆ ਜਿਹਦੀ ਕਿ ਇਹ ਅਸ਼ਲੀਲ ਵੀਡੀਓ ਆ ਹਾਲਾਂਕਿ ਇਹ ਸਾਡੇ ਵਿੱਚੋਂ ਕੁਝ ਕੁ ਲੋਕਾਂ ਦੀ ਇੱਕ ਆਰਤ ਵੀ ਆ ਵੀ ਸਵਾਦ ਲੈਣਾ ਵੀ ਯਾਰ ਕਿਹੜੀ ਵੀਡੀਓ ਆ ਕਿਹੜੀ ਆਈ ਆ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਚਰਚਾ ਵੀ ਯਾਰ ਵੀਡੀਓ ਭੇਜ ਦੇ ਵੀਡੀਓ ਦੇਖ ਲਈਏ ਕਿਵੇਂ ਆ ਮਿਲਣਾ ਆਪਾਂ ਨੂੰ ਕੀ ਆ ਉਹਦੇ ਨਾਲ ਪੰਜਾਬ ਦਾ ਮਸਲਾ ਕਿਹੜਾ ਹੱਲ ਹੋਣਾ ਜਿਦੀ ਵੀ ਹੈ ਜਿਵੇਂ ਕਿ ਰਾਜਨੀਤਿਕ ਲੋਕ ਵਿਰੋਧੀ ਪਾਰਟੀਆਂ ਵਾਲੇ ਤਾਂ ਕਹਿੰਨੇ ਵਿਕਟਾਰੂ ਚੱਕ ਸਾਹਿਬ ਦੀ ਆ ਪਰ ਭਗਵੰਤ ਮਾਨ ਨੇ ਗੱਲ ਕਹੀ ਆ ਜੀ ਕਿ ਸਾਡੇ ਕੋਲੇ ਤਾਂ ਵੀਡੀਓ ਆਈ ਨਹੀਂ ਅਸੀਂ ਕਿਵੇਂ ਕਹਿ ਲਈਏ ਕੋਈ ਮੰਤਰੀ ਕਸੂਰਬਾar ਆ ਜਦੋਂ ਸਾਨੂੰ ਰਾਜਪਾਲ ਦੇ ਵੱਲੋਂ ਕੁਝ ਕਿਹਾ ਜਾਊਗਾ ਜਦੋਂ ਸਾਡੇ ਕੋਲੇ ਵੀਡੀਓ ਆਊਗੀ ਅਸੀਂ ਉਹਦੀ ਆਪਣੇ ਤਰੀਕੇ ਨਾਲ ਪੜਤਾਲ ਕਰਾਵਾਂਗੇ ਕਸੂਰਵਾਰ ਦੇ ਉੱਤੇ ਕਾਰਵਾਈ ਹੋਊਗੀ ਹਾਲੇ ਕਿ ਹਵਾ ਦੇ ਵਿੱਚ ਡਾਂਗਾ ਮਾਰੀ ਜਾਗੇ ਪਰ ਮੈਨੂੰ ਜ਼ਾਤੀ ਤੌਰ ਤੇ ਲੱਗਦਾ ਕਿ 10 ਮਈ ਨੂੰ ਜਿਹੜੀ ਵੋਟ ਪੈਣੀ ਹੈ ਜਲੰਧਰ ਦੀ ਜ਼ਿਮਨੀ ਚੋਣ ਦੀ 13 ਮਈ ਨੂੰ ਨਤੀਜੇ ਆਉਣੇ ਆ ਇਹਦੇ ਮੱਦੇਨਜ਼ਰ ਇਹ ਵੀਡੀਓ ਬਹੁਤ ਵੱਡੇ ਪੱਧਰ ਦੇ ਉੱਤੇ ਰੋਲ ਪਲੇ ਕਰੂਗੀ ਮੇਰਾ ਅੰਦਾਜ਼ਾ ਹੈ ਰਾਜਪਾਲ ਸਾਹਿਬ ਦੇ ਵੱਲੋਂ ਡੀਜੀਪੀ ਨੂੰ ਕਿਹਾ ਗਿਆ ਜੀ ਕਿ ਇਸ ਵੀਡੀਓ ਦੀ ਜਾਣਕਾਰੀ ਮੁਕੰਮਲ ਹਾਸਲ ਕੀਤੀ ਜਾਵੇ ਇਹਦੇ ਵਿੱਚ ਕੀ ਤੱਥ ਹੈ ਇਹਦੇ ਬਾਰੇ ਕੋਈ ਅਸਲ ਨਕਲ ਦੇ ਬਾਰੇ ਪਤਾ ਲਾਇਆ ਜਾਵੇ ਕਿਉਂਕਿ ਦੋ ਕਲਿੱਪਾਂ ਨਹੀਂ ਇੱਕ 8 ਮਿੰਟ ਤੇ ਕੁਝ ਸਕਿੰਟ ਦੀ ਇੱਕ ਸ਼ਾਇਦ 4 ਮਿੰਟ ਤੇ ਕੁਝ ਸਕਿੰਟ ਦੀ ਕਹਿੰਦੇ ਅਭੀ ਇਹ 12.5 13 ਮਿੰਟ ਦੀ ਵੀਡੀਓ ਹੈਗੀ ਆ ਦੋ ਕਲਿੱਪਾਂ ਦੀ ਕੀ ਅਸਲੀਅਤ ਹੈ ਤੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਲਾਇਆ ਗਿਆ ਦੋਸ਼ਾਂ ਦੀ ਕੀ ਹਕੀਕਤ ਹੈ ਇਹਦੀ ਪੜਤਾਲ ਕਰਨ ਦੇ ਵਾਸਤੇ ਰਾਜਪਾਲ ਸਾਹਿਬ ਦੇ ਵੱਲੋਂ ਕਿਹਾ ਗਿਆ ਡੀਜੀਪੀ ਸਾਹਿਬ ਨੂੰ ਯਾਦ ਰੱਖੋ ਵੀ ਇਹ ਉਮੀੜਾ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਪੰਜਾਬ ਦੇ ਰਾਜਪਾਲ ਦੀ ਆਪਸ ਦੇ ਵਿੱਚ ਦਾਲ ਗਲਣ ਦੀਆਂ ਖਬਰਾਂ ਕਦੇ ਆਈਆਂ ਨਹੀਂ ਜੋ ਰਾਜਪਾਲ ਸਾਹਿਬ ਦੇ ਵੱਲੋਂ ਕਹਿ ਜਾਂਦਾ ਉਹ ਪੰਜਾਬ ਦੀ ਸਰਕਾਰ ਦੇ ਵੱਲੋਂ ਉਲੱਦ ਦਿੱਤਾ ਜਾਂਦਾ ਤੇ ਜੋ ਪੰਜਾਬ ਦੀ ਸਰਕਾਰ ਕਹਿੰਦੀ ਆ ਉਹ ਰਾਜਪਾਲ ਸਾਹਿਬ ਦੇ ਬਹੁਤੀ ਵਾਰ ਫਿੱਟ ਨਹੀਂ ਬੈਠਦਾ ਸਮੇਂ-ਸਮੇਂ ਦੇ ਉੱਤੇ ਦੋਵਾਂ ਦੀ ਤਕਰਾਰਬਾਜ਼ੀ ਬਾਰੇ ਵੀ ਖਬਰਾਂ ਆਈਆਂ ਸ਼ਬਦਕ ਤਕਰਾਰਬਾਜ਼ੀ ਦੇ ਬਾਰੇ ਕਿਉਂਕਿ ਉਹਨਾਂ ਨੇ ਇਹ ਗੱਲ ਪੁੱਛੀ ਸੀ ਰਾਜਪਾਲ ਸਾਹਿਬ ਨੇ ਵੀ ਜਿਹੜਾ ਸਿੰਗਾਪੁਰ ਨੇ ਵੱਲ ਪ੍ਰਿੰਸੀਪਲ ਦਾ ਵਫ਼ਦ ਭੇਜਿਆ ਜਥਾ ਭੇਜਿਆ ਤੇ ਉਹਦੀ ਚੋਣ ਕਿਵੇਂ ਹੋਈ ਤੇ ਭਵੰਤਮਨ ਹੋਰਾਂ ਨੇ ਇਹ ਸਵਾਲ ਕਰਤਾ ਸੀ ਅੱਗੋਂ ਕਿ ਭਾਈ ਤੁਹਾਡੀ ਚੋਣ ਕਿਵੇਂ ਹੋਈ ਰਾਜਪਾਲ ਦੀ ਚੋਣ ਕਿਵੇਂ ਹੁੰਦੀ ਆ ਸੋ ਇਹਨਾਂ ਗੱਲਾਂ ਦੇ ਉੱਤੇ ਕਈ ਵਾਰ ਮਾਹੌਲ ਤਲਖ ਜਾਂ ਮੀਡੀਏ ਦੇ ਵਿੱਚ ਹੁੰਦਾ ਮਿਲਿਆ ਫਿਰ ਕਈ ਤਰ੍ਹਾਂ ਦੀਆਂ ਗੱਲਾਂ ਬਣ ਵੀ ਜਾਂਦੀਆਂ ਜਾਂ ਨਾਲ ਬਣਾ ਵੀ ਦਿੱਤੀਆਂ ਜਾਂਦੀਆਂ ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾਥਾਂ ਜਾਂ ਕਰਦੇ ਆ ਕਿ ਉਸ ਵੀਡੀਓ ਦੇ ਮੁਤਲਕ ਕੀ ਕੁਝ ਹੋ ਰਿਹਾ ਤੇ ਫਿਰ ਕਰਾਂਗੇ ਟਪਣੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਰਿਤ ਨੇ ਮੰਤਰੀ ਅਸ਼ਲੀਲ ਵੀਡੀਓ ਮਾਮਲੇ ਦੇ ਵਿੱਚ ਚੰਡੀਗੜ੍ਹ ਡੀਜੀਪੀ ਨੂੰ ਝਾੜ ਪਾਈ ਆ ਨਾਲ ਹੀ ਵੀਡੀਓ ਦੀ ਫੋਰੈਂਸਿਕ ਜਾਂਚ ਦੇ ਨਾਲ ਨਾਲ ਵਿਧਾਇਕ ਸੁਖਪਾਲ ਸਿੰਘ ਖੈਰਾੜੀ ਸ਼ਿਕਾਇਤ ਦੇ ਵਿੱਚ ਦਿੱਤੇ ਗਏ ਤੱਥਾਂ ਦੀ ਪੜਤਾਲ ਕਰਨ ਦੇ ਵੀ ਹੁਕਮ ਜਾਰੀ ਕੀਤੇ ਨੇ ਹਾਲਾਂਕਿ ਮੰਤਰੀ ਦੇ ਬਚਾਅ ਦੇ ਵਿੱਚ ਉਤਰੀ ਸਰਕਾਰ ਦਾ ਕਹਿਣਾ ਕਿ ਉਹਨਾਂ ਕੋਲ ਹਾਲੇ ਤੱਕ ਰਾਜਪਾਲ ਦਾ ਕੋਈ ਆਦੇਸ਼ ਨਹੀਂ ਪਹੁੰਚਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸੇ ਦੇ ਬਾਰੇ ਧਾਰਨਾ ਬਣਾਉਣਾ ਠੀਕ ਨਹੀਂ ਸਾਡੇ ਕੋਲ ਰਾਜਪਾਲ ਦੇ ਆਦੇਸ਼ ਆਉਣਗੇ ਤੇ ਵੀਡੀਓ ਤੇ ਤੱਥਾਂ ਦੀ ਹਰ ਪਹਿਲੂ ਤੋਂ ਪੜਤਾਲ ਕਰਵਾਈ ਜਾਵੇਗੀ ਖੈਰਾ ਨੇ ਭਗਵੰਤ ਮਾਨ ਦੇ ਬਿਆਨ ਤੋਂ ਬਾਅਦ ਟਵੀਟ ਕਰਕੇ ਕਿਹਾ ਮੁੱਖ ਮੰਤਰੀ ਇੱਕ ਪਾਸੇ ਕਹਿ ਰਹੇ ਨੇ ਕਿ ਹਾਲੇ ਤੱਕ ਉਹਨਾਂ ਨੇ ਵੀਡੀਓ ਨਹੀਂ ਦੇਖੀ ਜਾਂ ਵੀਡੀਓ ਨਹੀਂ ਮਿਲੀ ਫਿਰ ਉਹ ਇਹ ਕਿਵੇਂ ਕਹਿ ਸਕਦੇ ਨੇ ਕਿ ਉਹਨਾਂ ਦਾ ਮੰਤਰੀ નિર્ਦੋਸ਼ ਹੈ ਮੁੱਖ ਮੰਤਰੀ ਨੂੰ ਕਿਹਾ ਤੁਸੀਂ ਆਪਣੀ ਸਥਿਤੀ ਸਪਸ਼ਟ ਕਰੋ ਕਿਉਂਕਿ ਤੁਸੀਂ ਲੋਕਾਂ ਦੇ ਪ੍ਰਤੀ ਜਵਾਬਦੇਹ ਹੋ ਕੀ ਤੁਸੀਂ ਆਪਣੇ ਮੰਤਰੀ ਦੇ ਇਹੋ ਜਿਹੇ ਘੋਰ ਦੁਰਾਚਾਰ ਨੂੰ ਕਲੀਨ ਚਿੱਟ ਦੇ ਰਹੇ ਹੋ ਜੇ ਤੁਹਾਡਾ ਮੰਤਰੀ ਬੇਕਸੂਰ ਹੈ ਤਾਂ ਫਿਰ ਉਹ ਅੰਡਰਗ੍ਰਾਉਂਡ ਕਿਉਂ ਹੈ ਕੀ ਤੁਸੀਂ ਆਪਣੇ ਮੰਤਰੀ ਦੇ ਇਹੋ ਜਿਹੇ ਅਨੈਤਕ ਕੰਮਾਂ ਨੂੰ ਉੱਚਤ ਰਿਹਰਾਉਂਦੇ ਹੋ ਕੀ ਤੁਹਾਨੂੰ ਮੰਤਰੀ ਦੇ ਵਿੱਚ ਕੁਝ ਵਿਅਕਤੀਗਤ ਰੁਚੀ ਹੈ ਇਹਨਾਂ ਸਵਾਲਾਂ ਦੇ ਉੱਤਰ ਦੇਣ ਦੀ ਲੋੜ ਹੈ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਬਚਾਰ ਦੇ ਵਿੱਚ ਉਤਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਪਾਲ ਖੈਰਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਤੇ ਅਕਾਲੀ ਦਿੱਤਾ ਵਿਕਰਮ ਸਿੰਘ ਮਜੀਠੀਆ ਦੀ ਬਿਆਨਬਾਜ਼ੀ ਨੂੰ ਉੱਤੇ ਤੰਗ ਕਸਿਆਸੀ ਉਹਨਾਂ ਨੇ ਕਿਹਾ ਸੀ ਕਿ ਇਹ ਤਿੰਨੋਂ ਇੱਕ ਹੀ ਨੇ ਕਈ ਵਾਰ ਉਹ ਆਪਸ ਦੇ ਵਿੱਚ ਸਲਾਹ ਨਹੀਂ ਕਰਦੇ ਤੇ ਤਿੰਨੇ ਜਾਣੇ ਇੱਕੋ ਗੱਲ ਬੋਲ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛੇ ਜਾਣ ਦੇ ਉੱਤੇ ਕਿ ਸਿਰਸਾ ਨੇ ਟਵੀਟ ਕੀਤਾ ਕਿ ਕਟਾਰੂ ਚੱਕ ਨੇ ਅਸਤੀਫਾ ਭੇਜ ਦਿੱਤਾ ਇਸ ਤੇ ਮਾਨ ਨੇ ਕਿਹਾ ਕਿ ਮੈਨੂੰ ਤਾਂ ਕੁਝ ਪਤਾ ਨਹੀਂ ਹੋ ਸਕਦਾ ਉਹਨਾਂ ਨੇ ਸਿਰਸਾ ਨੂੰ ਭੇਜਿਆ ਹੋਵੇ ਮੈਨੂੰ ਤਾਂ ਹਾਲੇ ਤੱਕ ਕਟਾਰੂ ਚੱਕ ਦਾ ਕੋਈ ਅਸਤੀਫਾ ਨਹੀਂ ਮਿਲਿਆ ਮਾਨ ਨੇ ਕਿਹਾ ਸੀ ਕਿ ਸਿਰਸਾ ਤੇ ਖੇਰਾ ਦੀ ਇਕੋਜੀ ਤਾਸੀਰ ਹੈ ਦੋਵੇਂ ਪਾਰਟੀਆਂ ਬਦਲ ਤੇ ਅਸਤੀਫੇ ਦੇਣ ਵਿੱਚ ਮਾਹਰ ਨੇ ਜਲੰਧਰ ਦੇ ਵਿੱਚ ਇਹਨਾਂ ਦੇ ਕੋਲੇ ਕੋਈ ਮੁੱਦਾ ਨਹੀਂ ਦੋਵੇਂ ਬੁਖਲਾਹਟ ਦੇ ਵਿੱਚ ਬੋਲਦੇ ਨੇ ਸਿਰਸਾ ਮਜੀਠੀਆ ਤੇ ਖੈਰਾ ਬੈਠ ਕੇ ਗੱਲਾਂ ਕਰਦੇ ਨੇ ਕਿ ਅੱਜ ਕੀ ਨਵਾਂ ਕਰਨਾ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਸੀਂ ਨਹੀਂ ਇਹ ਗੱਲ ਕਹਿੰਦੇ ਕਿ ਫਲਾਣੇ ਮੰਤਰੀ ਦੀ ਉਹ ਵੀਡੀਓ ਆ ਕਿਉਂਕਿ ਇਹਦੇ ਬਾਬਤ ਨਾ ਤਾਂ ਰਾਜਪਾਲ ਸਾਹਿਬ ਨੇ ਕੁਝ ਦੱਸਿਆ ਨਾ ਸੁਖਪਾਲ ਸਿੰਘ ਖੈਰਾ ਨੇ ਬਾਈ ਨੇਮ ਗੱਲ ਕੀਤੀ ਆ ਨਾ ਹੀ ਚੰਡੀਗੜ੍ਹ ਦੀ ਪੁਲਿਸ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਆ ਨਾ ਹੀ ਫੋਰੈਂਸਿਕ ਲੈਬ ਦੀ ਕੋਈ ਰਿਪੋਰਟ ਸਾਹਮਣੇ ਆਈ ਹੈ ਪਰ ਜਿਸ ਤਰੀਕੇ ਦੇ ਨਾਲ ਸਿਰਸਾ ਹੋਰਾਂ ਨੇ ਮੰਤਰੀ ਦਾ ਨਾਂ ਨਸ਼ਰ ਕਰ ਦਿੱਤਾ ਸੀ ਉਸ ਤੋਂ ਬਾਅਦ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਮੇਰੇ ਵੀ ਆਉਂਦਾ ਸ਼ਾਇਦ ਆਪ ਜੀ ਦੇ ਵੀ ਆਵੇ ਕਿ ਜੇਕਰ ਕਟਾਰੂ ਚੱਕ ਸਾਹਿਬ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਬੇਕਸੂਰ ਆ ਉਹਨਾਂ ਦੇ ਉੱਤੇ ਜਿਹੜੀ ਗੱਲ ਇਲਜ਼ਾਮ ਲਾਏ ਉਹ ਬਿਲਕੁਲ ਗਲਤ ਆ ਅਸੀਂ ਇਹ ਮੰਨਦੇ ਵੀ ਸ਼ਾਇਦ ਗਲਤ ਵੀ ਹੋਣ ਤਾਂ ਉਹਨਾਂ ਨੂੰ ਸਾਹਮਣੇ ਆ ਕੇ ਗੱਲ ਕਹਿਣੀ ਚਾਹੀਦੀ ਸੀ ਕਿ ਫਲਾਣੇ ਫਲਾਣੇ ਮੇਰੇ ਨਾਂ ਦਾ ਨੁਕਸਾਨ ਕਰ ਰਹੇ ਆ ਮੇਰੇ ਮਾਣ ਦੀ ਹਾਨੀ ਕਰ ਰਹੇ ਆ ਮੈਂ ਅਦਾਲਤ ਦੇ ਵਿੱਚ ਇਹਨਾਂ ਦੇ ਖਿਲਾਫ ਕੇਸ ਕਰਨਾ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਉਹ ਮੈਂ ਨਹੀਂ ਹਾਂ ਜਦੋਂ ਮਰਜ਼ੀ ਵੀਡੀਓ ਨਸ਼ਰ ਕਰਦੇ ਹੋ ਜਿਹੋ ਜੀ ਮਰਜ਼ੀ ਵੀਡੀਓ ਨਸ਼ਰ ਕਰਦੇ ਹੋ ਮੈਂ ਤਾਂ ਜਦੋਂ ਹਾਂ ਹੀ ਨਹੀਂ ਮੈਨੂੰ ਡਰ ਕਿਹੜੀ ਗੱਲ ਦਾ ਉਹਨਾਂ ਨੂੰ ਆਹ ਗੱਲ ਸਾਹਮਣੇ ਆ ਕੇ ਕਹਿ ਦੇਣੀ ਚਾਹੀਦੀ ਸੀ ਮੇਰੇ ਖਿਆਲ ਦੇ ਮੁਤਾਬਕ ਪਰ ਉਹ ਬੋਲੇ ਨਹੀਂ ਇਸ ਮਾਮਲੇ ਦੇ ਉੱਤੇ ਇਸ ਕਰਕੇ ਵਿਰੋਧੀਆਂ ਨੂੰ ਹੋਰ ਗੱਲਾਂ ਕਰਨ ਦਾ ਮੌਕਾ ਮਿਲ ਰਿਹਾ ਕਟਾਰੂ ਚੱਕ ਸਾਹਿਬ ਆ ਜਾਂ ਕੋਈ ਵੀ ਮੰਤਰੀ ਜਿਹਦਾ ਕੱਲ ਨੂੰ ਨਾਂ ਉੱਠੇ ਵੀ ਇਹ ਫਲਾਣੇ ਦੀ ਵੀਡੀਓ ਆ ਫਲਾਣੇ ਦੀ ਵੀਡੀਓ ਆ ਜੇਕਰ ਉਹ ਨਹੀਂ ਆ ਉਨੂੰ ਇਹ ਲੱਗਦਾ ਹੋਵੇ ਵੀ ਭਾਈ ਮੇਰਾ ਨਾਂ ਤਾਂ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਨਾਲ ਦੀ ਨਾਲ ਸਾਹਮਣੇ ਆ ਕੇ ਗੱਲ ਕਹਿਣ ਵੀ ਹੱਕ ਠੋਕ ਕੇ ਕਹਿੰਨੇ ਕਿ ਮੈਂ ਨਹੀਂ ਹਾਂ ਦੁਨੀਆ ਦੀ ਜਿਹੜੀ ਮਰਜ਼ੀ ਲੈਬੋਰੀਟਰੀ ਦੇ ਵਿੱਚੋਂ ਪੜਤਾਲ ਕਰਵਾ ਲਓ ਮੇਰੇ ਨਾਂ ਨੂੰ ਬਦਨਾਮ ਕਰਨ ਵਾਲੇ ਫਲਾਣੇ ਫਲਾਣੇ ਜਿਹੜੇ ਲੋਕ ਆ ਉਹਨਾਂ ਦੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰਵਾ ਰਿਹਾ ਇਹ ਗੱਲ ਕਹਿਣੀ ਚਾਹੀਦੀ ਹੈ ਪਰ ਚੁੱਪ ਰਹਿਣ ਦੇ ਕਈ ਤਰ੍ਹਾਂ ਦੇ ਅਰਥ ਨਿਕਲ ਰਹੇ ਆ ਮੈਨੂੰ ਜ਼ਾਤੀ ਤੌਰ ਤੇ ਲੱਗਦਾ ਹੈ ਕਿ 5 ਤਰੀਕ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਤੋਂ ਦਿੱਤੀ ਬਹੁਤ ਕੁਝ ਹੋਣਾ ਕਿਉਂਕਿ 4 ਤਰੀਕ ਨੂੰ ਯਾਨੀ ਕਿ ਅੱਜ ਵੱਡੇ ਬਾਦਲ ਸਾਹਿਬ ਆਪਾਂ ਜਾਣਦੇ ਸਰ ਲਾਂਝਰੀ ਸਮਾਗਮਾਂ ਪਿੰਡ ਬਾਦਲ ਦੇ ਵਿੱਚ 5 ਤਰੀਕ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਲੰਧਰ ਦੇ ਵਿੱਚ ਆ ਜਾਣਾ ਉਹਨਾਂ ਨੇ ਪ੍ਰਚਾਰ ਕਰਨਾ ਤੇ ਆਪਾਂ ਜਾਣਦੇ ਜੀ ਕਿ ਉਹ ਪ੍ਰਚਾਰ ਦੀ ਧਾਰਾ ਕਿਹੜੇ ਰੂਪ ਦੇ ਵਿੱਚ ਲੈ ਕੇ ਚੱਲਣਗੇ ਉਸ ਤੋਂ ਅਗਲੀ ਗੱਲ ਇਹ ਆ ਵੀ ਇਸ ਵੀਡੀਓ ਨੇ ਵੀ ਖਲਾਰਾ ਪਾਉਣਾ ਹਲੇ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਵੀ ਇਹ 24 ਘੰਟਿਆਂ ਦੇ ਵਿੱਚ ਪੈ ਜਾਏ ਹੋ ਸਕਦਾ 48 ਘੰਟਿਆਂ ਚ ਪੈ ਜਾਏ ਪਰ ਲੱਗਦਾ ਇਹ ਆ ਵੀ ਇਸ ਵੀਡੀਓ ਤੋਂ ਬਾਅਦ ਪੰਜਾਬ ਦੀ ਤੇ ਖਾਸ ਕਰਕੇ ਜਲੰਧਰ ਦੀ ਚੋਣ ਰਾਜਨੀਤੀ ਇਕਦਮ ਸਮੀਕਰਨ ਬਦਲੋਗੀ ਤੋ ਲੱਗਦਾ ਜੀ ਕਿ ਇਹ ਜਿਹੜੀ 10 ਤਰੀਕ ਤੱਕ ਦਾ ਚੋਣ ਮੇਲਾ ਮੈਂ ਚੋਣ ਮੇਲਾ ਇਸ ਕਰਕੇ ਕਹਿਣਾ ਕਿਉਂਕਿ ਇਹਦੇ ਵਿੱਚ ਕਿਹੜਾ ਕੋਈ ਕੰਮ ਦੀ ਸਾਰਤਕ ਗੱਲ ਹੋਈ ਜਲਿੰਦਰ ਦੇ ਪੱਖ ਦੀ ਇਹਦੇ ਵਿੱਚ ਆਹ ਹੀ ਮਨੋਰੰਜਨ ਵਾਲੀਆਂ ਗੱਲਾਂ ਹੀ ਹੋਈਆਂ ਇਹ ਨਹੀਂ ਆਹ ਕਹਤਾ ਇਹ ਨਹੀਂ ਆਹ ਕਹਤਾ ਇਹਨੂੰ ਗਾਲ ਕੱਢਤੀ ਇਹਨੂੰ ਮਾੜਾ ਕਹਤਾ ਇਹ ਨਹੀਂ ਇਹਨੂੰ ਚੋਰ ਕਹਤਾ ਇਹ ਨਹੀਂ ਚੂਰ ਕਹਤਾ ਆਹ ਕੁਛ ਚੱਲਿਆ ਪਰ ਵਕਤ ਦੱਸੂਗਾ ਵੀ ਵੀਡੀਓ ਕਿੰਨੀ ਬੜੀ ਲੈਂਦੀ ਆ ਉਹ ਵਿਅਕਤੀ ਕਿਹੜਾ ਉਸ ਤੋਂ ਬਾਅਦ ਪਾਰਟੀ ਉਹਦੇ ਖਿਲਾਫ ਕੀ ਕਾਰਵਾਈ ਕਰਦੀ ਹੈ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਸੱਤਾਧਾਰੀ ਧਿਰ ਨੂੰ ਕੀ ਹੋ ਜਾ ਘੇਰਾ ਪਾਇਆ ਜਾਂਦਾ ਲੰਗੇ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਭੋਗਪੁਰ ਦੇ ਵਿੱਚ ਯਾਨੀ ਕਿ ਭਗਵੰਤ ਮਾਨ ਸਾਹਿਬ ਦੇ ਵੱਲੋਂ ਭੋਗਪੁਰ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ ਰੋਡ ਸ਼ੋਅ ਦੇ ਵਿੱਚ ਇਕੱਠ ਖਾਸਾ ਸੀ ਉਸ ਸਮੇਂ ਸਮੇਂ ਦੇ ਉੱਤੇ ਪਿਛਲੇ ਕੁਝ ਦਿਨਾਂ ਤੋਂ ਤੇ ਲਗਾਤਾਰ ਵੱਖ-ਵੱਖ ਥਾਵਾਂ ਦੇ ਉੱਤੇ ਚੋਣ ਪ੍ਰਚਾਰ ਕਰ ਰਹੇ ਆ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਸ ਚੋਣ ਨੂੰ ਸਿਰ ਧੜ ਦੀ ਬਾਜ਼ੀ ਮੰਨਿਆ ਕਿਉਂਕਿ ਇਸ ਵੇਲੇ ਲੋਕ ਸਭਾ ਦੇ ਵਿੱਚ ਇੱਕ ਵੀ ਮੈਂਬਰ ਨਹੀਂ ਆ ਆਮ ਆਦਮੀ ਪਾਰਟੀ ਦਾ ਇੱਕ ਸੀ ਭਗਵੰਤ ਮਾਨ ਦੇ ਰੂਪ ਦੇ ਵਿੱਚ ਕਿਉਂਕਿ 2019 ਦੇ ਵਿੱਚ ਇੱਕੋ ਹੀ ਮੈਂਬਰ ਜਿੱਤਿਆ ਸੀ ਲੋਕ ਸਭਾ ਦੇ ਵਿੱਚ ਇੱਕੋ ਹੀ ਮੈਂਬਰ ਪਹੁੰਚਿਆ ਉਹ ਮੈਂਬਰ ਮੁੱਖ ਮੰਤਰੀ ਬਣ ਗਿਆ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਿਫਰ ਹੈ ਲੋਕ ਸਭਾ ਦੇ ਵਿੱਚ ਤੇ ਉਹ ਚਾਹੁੰਦੇ ਵੀ ਜੇਕਰ ਇਸ ਵਕਤ ਸੁਸ਼ੀਲ ਕੁਮਾਰ ਰਿੰਕੂ ਜਿੱਤ ਗਏ ਜਿਹੜੇ ਕਿ ਕਾਂਗਰਸ ਦੇ ਵੱਲੋਂ ਆਏ ਆ ਤੇ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਕੇ ਸਫਾਈ ਕਰ ਰਹੇ ਆ ਤੇ ਉਹਨਾਂ ਨੂੰ ਇਹ ਲੱਗਦਾ ਵੀ ਜੇਕਰ ਇਹ ਪਹੁੰਚ ਗਏ ਲੋਕ ਸਭਾ ਦੀਆਂ ਪੌੜੀਆਂ ਚੜ੍ਹ ਗਏ ਦਾ 224 ਦੀਆਂ ਚੋਣਾਂ ਦੇ ਵਿੱਚ ਸਾਡੇ ਲਈ ਇੱਕ ਬਹੁਤ ਵੱਡੀ ਹੁਲਾਰੇ ਵਾਲੀ ਖਬਰ ਹੋਊਗੀ। ਭਗਵੰਤ ਮਾਨ ਹੋਰਾਂ ਨੇ ਪੱਕੇ ਤੌਰ ਦੇ ਉੱਤੇ ਜਲੰਧਰ ਦੇ ਵਿੱਚ ਟੇਰਾ ਲਾਇਆ ਹੋਇਆ। ਉਹ ਲਗਾਤਾਰ ਇਲਾਕੇ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਨਿਗ੍ਹਾ ਰੱਖ ਰਹੇ ਆ ਨੌ ਵਿਧਾਨ ਸਭਾ ਦੇ ਹਲਕੇ ਜਿਹੜੇ ਉਹਨਾਂ ਦੇ ਵਾਲੇ ਨਿਗ੍ਹਾ ਰੱਖ ਰਹੇ ਆ। ਇੱਥੇ ਸਾਰੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਹੋਈ ਆ। ਮਾਲਵੇ ਦੇ ਵੀ, ਮਾਝੇ ਦੇ ਵੀ ਵਿਧਾਇਕ ਆ ਜਿਹੜੇ ਉਹ ਇਸ ਵੇਲੇ ਦੁਆਬੇ ਦੇ ਖਾਸ ਕਰਕੇ ਜਲੰਧਰ ਦੇ ਪਿੰਡਾਂ ਦੇ ਵਿੱਚ ਫਿਰ ਰਹੇ ਆ। ਮੈਨੂੰ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਫੋਨ ਆਇਆ। ਉਹ ਮੈਨੂੰ ਕਹਿੰਦਾ ਵੀ ਭਾਵੇਂ ਮੈਂ ਫਲਾਣੇ ਪਿੰਡ ਦੇ ਵਿੱਚ ਅੱਜ ਪ੍ਰਚਾਰ ਕਰਨ ਤੇ ਆਇਆ ਪਰ ਮੈਨੂੰ ਕਿਹੜਾ ਇੱਥੇ ਲੋਕ ਬਾਈ ਨੇਮ ਜਾਣਦੇ ਆ ਦੱਸਣਾ ਪੈਂਦਾ ਵੀ ਮੈਂ ਕੌਣ ਆ ਪਰ ਉਹ ਕਹਿੰਦਾ ਮੇਰੀ ਡਿਊਟੀ ਲੱਗੀ ਆ ਮੈਂ ਆਇਆ ਇੱਥੇ ਮੰਨਦੇ ਆ ਪ੍ਰਚਾਰ ਕਰਨਾ ਵੀ ਚਾਹੀਦਾ ਸਾਰੀਆਂ ਸਿਆਸੀ ਪਾਰਟੀਆਂ ਨੇ ਠਕ ਕੇ ਪ੍ਰਚਾਰ ਕਰ ਰਹੀਆਂ ਪਰ ਅਗਲੀ ਗੱਲ ਇਹ ਆ ਕਿ ਭਗਵੰਤ ਮਾਨ ਸਾਹਿਬ ਨੇ ਕੱਲ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਪਹਿਲੀ ਗੱਲ ਇੱਕ ਸੀਟ ਦੇ ਨਾਲ ਭਾਜੀਪੀ ਨੂੰ ਫਰਕ ਕੋਈ ਨਹੀਂ ਪੈਣਾ ਦੂਜੀ ਗੱਲ ਕਾਂਗਰਸ ਦਾ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਿਵੜਨਾ ਤੀਜੀ ਗੱਲ ਜੇ ਸਾਡੀ ਝੋਲੀ ਦੇ ਵਿੱਚ ਸੀਟ ਪੈ ਜਾਂਦੀ ਆ ਇੱਕ ਸਾਡਾ ਬੰਦਾ ਹੀ ਜਿੱਤੇ ਜਾਂਦਾ ਤਾਂ ਅਸੀਂ ਵਿਕਾਸ ਵਾਲੇ ਪਟਾਕੇ ਪਾ ਦੇਵਾਂਗੇ ਵਿਕਾਸ ਵਾਲੀਆਂ ਕਮਾਲਾਂ ਕਰ ਦੇਾਂਗੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਫਲਾਣੀਆਂ ਪਾਰਟੀਆਂ ਦੇ ਨਾਲੋਂ ਇਸ ਕਰਕੇ ਵੱਖਰੇ ਹਾਂ ਕਿਉਂਕਿ ਅਸੀਂ ਤੁਰੰਤ ਐਕਸ਼ਨ ਲੈਂਦੇ ਹਾਂ ਉਹਨਾਂ ਦੇ ਵੱਲੋਂ ਵਿਰੋਧਗਾਂ ਦੇ ਉੱਤੇ ਕਟਾਕਸ਼ ਵੀ ਕੀਤੇ ਜਾਂਦੇ ਆ ਲੋਕਾਂ ਨੂੰ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਵੋਟਾਂ ਦੇ ਰੂਪ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਬਾਕੀ ਸਮੇਂ ਨੇ ਬਿਆਨ ਕਰ ਦੇਣਾ ਕਿ ਕੌਣ ਕਿੰਨੇ ਪਾਣੀ ਵਿੱਚ ਹੈ ਭਾਵੇਂ ਕਿਸੇ ਨੂੰ ਇਹ ਗੱਲ ਕਟੱਤਨ ਵਾਲੀ ਲੱਗੇ ਪਰ ਮੁੱਖ ਤੌਰ ਤੇ ਮੁਕਾਬਲਾ ਕਾਂਗਰਸ ਤੇ ਆਮ ਆदमी ਪਾਰਟੀ ਦਾ ਬਾਕੀ ਸਿਆਸੀ ਪਾਰਟੀਆਂ ਵੀ ਦਾਵਾ ਕਰਦੇ ਗਏ ਮੁਕਾਬਲਾ ਤਾਂ ਸਾਡੇ ਨਾਲ ਹੀ ਆ ਸਾਨੂੰ ਕੋਈ ਇਤਰਾਜ਼ ਨਹੀਂ ਆ ਮੈਂ ਤਾਂ ਲੋਕਾਂ ਦੀ ਗੱਲ ਕਰਦਾ ਵੀ ਲੋਕ ਸੱਥਾਂ ਦੇ ਵਿੱਚ ਬੈਠੇ ਪਾਰਕਾਂ ਦੇ ਵਿੱਚ ਬੈਠੇ ਸੈਰਤੇ ਜਾਂਦੇ ਡ੍ਰੈਗ ਰੂਮ ਚ ਬੈਠੇ ਦਫ਼ਤਰ ਦੇ ਵਿੱਚ ਫਿਰਦੇ ਕੀ ਗੱਲ ਕਰਦੇ ਆ ਉਹ ਇੱਕੋ ਗੱਲ ਕਹਿੰਦੇ ਆ ਕਿ ਮੁੱਖ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹੀ ਆ ਕੋਈ ਕਹਿੰਦਾ ਵੀ ਭਾਈ 60 ਪੈਸੇ ਕਾਂਗਰਸ ਦਾ ਤੇ 40 ਪੈਸੇ ਆਮ ਆਦਮੀ ਪਾਰਟੀ ਆ ਕੋਈ ਕਹਿੰਦਾ ਜੀ ਕਿ 60 ਪੈਸੇ ਆਮ ਆਦਮੀ ਪਾਰਟੀ ਤੇ 40 ਪੈਸੇ ਕਾਂਗਰਸ ਆ ਪਤਾ ਨਹੀਂ ਪਾਈ ਇਹ ਤਾਂ ਹੁਣ 13 ਮਈ ਦਾ ਨਤੀਜਾ ਦੱਸਣਗੇ ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਤੇ ਫਿਰ ਕਰਾਂਗੇ ਟਿੱਪਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਕੱਲ ਫਿਰ ਰੋਡ ショਅ ਤੇ ਨਿਕਲੇ ਤੇ ਜਲੰਧਰ ਦੇ ਭੋਗਪੁਰ ਕਸਬੇ ਦੇ ਵਿੱਚ ਪਹੁੰਚੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਕਾਂਗਰਸ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਹੀਂ ਬਣਨ ਲੱਗਾ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਂਗੇ ਤਾਂ ਇੱਕ ਸੀਟ ਨਾਲ ਬੋਦੀ ਨੂੰ ਫਰਕ ਨਹੀਂ ਜੇ ਪੈਣਾ ਅਸੀਂ ਜਿੱਤੇ ਤਾਂ ਵਿਕਾਸ ਦੀ ਝੜੀ ਲਾ ਦਿਆਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਕਿ ਪਹਿਲਾਂ ਕਦੇ ਕੋਈ ਮੁੱਖ ਮੰਤਰੀ ਤੁਹਾਡੇ ਕੋਲ ਆਇਆ ਉਹਨਾਂ ਕਿਹਾ ਕਿ ਉਹ ਇਸ ਕਰਕੇ ਤੁਹਾਡੇ ਤੋਂ ਦੂਰੀ ਬਣਾ ਕੇ ਰੱਖਦੇ ਸਨ ਕਿਉਂਕਿ ਉਹ ਖਾਸ ਘਰਾਂ ਦੇ ਵਿੱਚੋਂ ਸਨ ਤੁਹਾਡਾ ਮੁੱਖ ਮੰਤਰੀ ਆਮ ਘਰ ਤੋਂ ਹੈ ਇਸ ਕਰਕੇ ਹੀ ਘਰ ਦੇ ਵਿੱਚੋਂ ਨਿਕਲ ਕੇ ਤੁਹਾਡੇ ਵਿੱਚ ਖੜਾ ਉਹਨਾਂ ਨੇ ਕਿਹਾ ਕਿ ਜੋ ਤੁਹਾਡੇ ਕੋਲ ਦੂਰੀ ਬਣਾ ਕੇ ਰੱਖਦੇ ਸਨ ਤੁਸੀਂ ਉਹਨਾਂ ਦੇ ਕੋਲੋਂ ਦੂਰੀ ਬਣਾ ਲਈ ਹੈ ਸਭ ਨੂੰ ਘਰ ਬਿਠਾ ਦਿੱਤਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਰੋਧੀਆਂ ਦੀ ਲੁੱਟ ਦੇ ਰੋਜ਼ ਖਲਾਸੇ ਹੋ ਰਹੇ ਨੇ ਇਸ ਤੋਂ ਇੰਨੇ ਪਰੇਸ਼ਾਨ ਨੇ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਹਰ ਰੋਜ਼ ਗਾਲ੍ਹਾਂ ਕੱਢਦੇ ਨੇ ਪਰ ਤੁਹਾਡੀਆਂ ਤਾੜੀਆਂ ਦੇ ਅੱਗੇ ਉਹਨਾਂ ਦੀ ਗਾਲਾਂ ਦੀ ਪੇਸ਼ ਨਹੀਂ ਚਲਦੀ ਉਹਨਾਂ ਨੇ ਲੋਕਾਂ ਨੂੰ ਪੁੱਛਿਆ ਕਿ ਦੱਸੋ ਹੁਣ ਤੁਹਾਡੇ ਘਰ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਜਾਂ ਫਿਰ ਨਹੀਂ ਇਸ ਤੇ ਲੋਕਾਂ ਦੀ ਹਾਂ ਦੀ ਆਵਾਜ਼ ਆਉਣ ਤੇ ਉਹ ਬੋਲੇ ਕਿ ਇਹ ਕਿਵੇਂ ਜ਼ੀਰੋ ਹੋ ਗਿਆ ਇਹ ਸਭ ਲੁੱਟ ਨੂੰ ਬੰਦ ਕਰਕੇ ਜ਼ੀਰੋ ਹੋਇਆ ਉਹਨਾਂ ਨੇ ਕਿਹਾ ਕਿ ਖਜ਼ਾਨੇ ਨੂੰ ਲੁੱਟਣ ਵਾਲਿਆਂ ਨੂੰ ਨੱਥ ਪਾਉਣ ਦੇ ਨਾਲ ਇਹ ਸਾਰਾ ਕੁਝ ਸੰਭਵ ਹੋਇਆ ਖਜ਼ਾਨਾ ਲੁੱਟਣ ਵਾਸਤੇ ਜੋ ਨਿਤਾਮਾਂ ਨੇ ਰਸਤੇ ਬਣਾਏ ਸਨ ਉਹ ਸਾਡੀ ਸਰਕਾਰ ਨੇ ਬੰਦ ਕਰ ਦਿੱਤੇ ਤੇ ਉਹਨਾਂ ਪੈਸੇ ਦੇ ਨਾਲ ਹੀ ਲੋਕਾਂ ਨੂੰ ਮੁਫਤ ਦੇ ਵਿੱਚ ਬਿਜਲੀ ਮਿਲ ਰਹੀ ਆ ਮੁੱਖ ਮੰਤਰੀ ਭਗਵੰਤ ਮਾਨ ਭਵਗਪੁਰ ਤੇ ਆਦਮਪੁਰ ਦੇ ਇਲਾਕੇ ਤੋਂ ਪਹਿਲਾਂ ਜਲੰਧਰ ਪਹੁੰਚਦੇ ਹੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਨਾਲ ਸਿੱਧੇ ਨਕੂਦਰ ਪਹੁੰਚੇ ਨਕੂਦਰ ਦੇ ਵਿੱਚ ਦੋਹਾਂ ਨੇ ਬਾਬਾ ਮੁਰਾਰਾ ਸਾਹਿਬ ਦੇ ਦਰਬਾਰ ਦੇ ਵਿੱਚ ਮੱਥਾ ਟੇਕਿਆ ਤੇ ਮੁਰਾਰਾ ਸਾਹਿਬ ਦੇ ਦਰਬਾਰ ਦੇ ਸਰਪ੍ਰਸਤ ਤੇ ਗਾਇਕ ਗੁਰਦਾਸ ਮਾਨ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਇਹਨਾਂ ਨੂੰ ਇੱਥੇ ਸਨਮਾਨਿਤ ਵੀ ਕੀਤਾ ਗਿਆ ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਸੇ ਕਹਾਂਗੇ ਜਲੰਧਰ ਦੀ ਜ਼ਮੀਨੀ ਚੋਣ ਦੇ ਬਾਰੇ ਜਿੰਨੀਆਂ ਗੱਲਾਂ ਕਰ ਗਏ ਉਹ ਥੋੜੀਆਂ ਪਰ ਮੈਨੂੰ ਇਹ ਲੱਗਦਾ ਜੀ ਕਿ ਜਿਹੜੇ ਇਹ ਅੰਤਲੇ ਦਿਨ ਹੋਣਗੇ ਚੋਣ ਪ੍ਰਚਾਰ ਦੇ ਇਹ ਬੜੇ ਮਹੱਤਵਪੂਰਨ ਹੋਣਗੇ ਦੋਸ਼ਾਂ ਕਦੋਸ਼ਾਂ ਦੇ ਸਿਖਰ ਵਾਲੇ ਹੋਣਗੇ ਕਈਆਂ ਦੀਆਂ ਵੀਡੀਓ ਸਾਹਮਣੇ ਲਿਆਉਣ ਵਾਲੇ ਹੋਣਗੇ ਕਈਆਂ ਦੇ ਗੁੱਜੇ ਭੇਤ ਖੋਲਣ ਵਾਲੇ ਹੋਣਗੇ ਉਹਨਾਂ ਗੁੱਜੇ ਭੇਤਾਂ ਦੇ ਵਿੱਚੋਂ ਆਈਆਂ ਹੋਈਆਂ ਵੀਡੀਓ ਦੇ ਵਿੱਚੋਂ ਜਲੰਧਰ ਦੇ ਲੋਕਾਂ ਦੇ ਲਈ ਜਾਂ ਪੰਜਾਬ ਦੇ ਸਮੁੱਚੇ ਲੋਕਾਂ ਵਾਸਤੇ ਕੁਝ ਨਿਕਲੇ ਜਾਂ ਨਾ ਨਿਕਲੇ ਵਿਕਾਸ ਦਾ ਕੋਈ ਕੰਮ ਹੋਵੇ ਜਾਂ ਠੱਠੇ ਖੂਹ ਦੇ ਵਿੱਚ ਜਾਵੇ ਪਰ ਲੋਕਾਂ ਨੂੰ ਸਵਾਰ ਦਿੱਤਾ ਜਾਊਗਾ ਵੀ ਆ ਦੇਖੋ ਜੀ ਆ ਵੀ ਅਸੀਂ ਕੱਢ ਲੈਂਦਾ ਆ ਦੇਖੋ ਜੀ ਆ ਵੀ ਅਸੀਂ ਕੱਢ ਲੈਂਦਾ ਪਰ ਨਾਲਾ ਉੱਥੇ ਦਾ ਉੱਥੇ ਰਹੂਗਾ ਇਹ 10 ਦਿਨ ਕਿਸੇ ਨਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਬਾਰੇ ਚਰਚਾ ਚੱਲੂਗੀ ਬਾਅਦ ਵਿੱਚ ਲੋਕ ਵੀ ਭੁੱਲ ਜਾਣਗੇ ਚੋਣ ਵੀ ਨਿਕਲ ਜੂਗੀ ਨਤੀਜੇ ਵੀ ਆ ਜਾਣਗੇ ਹਾਰ ਨਾਲ ਹਾਰ ਜੂ ਜਿੱਤਣ ਵਾਲਾ ਜਿੱਤ ਜੂ ਪਰ ਗੱਲ ਸਿਰਫ ਇੰਨੀ ਆ ਵੀ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਥਾਪੀਆਂ ਮਾਰੀਆਂ ਜਾ ਰਹੀਆਂ ਕਾਂਗਰਸ ਇਸ ਗੱਲ ਦਾ ਦਾਅਵਾ ਕਰਦੀ ਨਹੀਂ ਤੱਕਦੀ ਕਿ ਸੀਟ ਸਾਡੀ ਹੈ ਤੇ ਸਾਡੀ ਹੀ ਸੀ ਤੇ ਸਾਡੀ ਹੀ ਰਹੂਗੀ ਕਿਉਂਕਿ ਹਮਦਰਦੀ ਦੀ ਵੋਟ ਦੀ ਉਹਨਾਂ ਨੂੰ ਆਸ ਆ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਆਸ ਹੈ ਕਿ ਕੰਮ ਕੀਤੇ ਆ ਸਰਕਾਰ ਸਾਡੀ ਆ ਲੀਡਰਸ਼ਿਪ ਪੂਰਾ ਜ਼ੋਰ ਲਾ ਰਹੀ ਹੈ ਤੇ ਅਸੀਂ ਵਿਕਾਸ ਦੇ ਨਾਂ ਤੇ ਵੋਟਾਂ ਮੰਗ ਰਹੇ ਆ ਪਰ ਉਹਨਾਂ ਨੂੰ ਇੱਕੋ ਹੀ ਨੁਕਸਾਨ ਆ ਸਭ ਤੋਂ ਵੱਡਾ ਉਹ ਹੈਗਾ ਜੀ ਕਿ ਕਾਂਗਰਸ ਦੇ ਵਿੱਚੋਂ ਆਇਆ ਹੋਇਆ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਭਾਜਪੀ ਨੂੰ ਇਸ ਗੱਲ ਦੀ ਆਸ ਹੈ ਵੀ ਭਾਈ ਐਤਕੀ ਸਾਡੀ ਗੱਲ ਬਣ ਜਾਣੀ ਆ ਸ਼ਹਿਰੀ ਖੇਤਰ ਦੀ ਵੋਟਾਂ ਜਿਹੜੀ ਕਸਬਿਆਂ ਦੀ ਵੋਟਾਂ ਜਿਹੜੀ ਸਾਡੀ ਝੋਲੀ 'ਚ ਪੈ ਰਹੀ ਹੈ ਤੇ ਸਾਨੂੰ ਕਿਸੇ ਨਾਲ ਕੋਈ ਗੱਠ ਜੋੜ ਕਰਨ ਦੀ ਲੋੜ ਨਹੀਂ ਇਕੱਲੇ ਤੌਰ 'ਤੇ ਅਸੀਂ ਵਜਾ ਵਜਾ ਕਰਵਾ ਲੈਣੀ ਆ ਉਧਰ ਅਕਾਲੀ ਦਲ ਤੇ ਬਸਪਾ ਗੱਠ ਜੋੜਾ ਜਿਹੜਾ ਉਹਦੇ ਵੱਲੋਂ ਵੀ ਆਸ ਪ੍ਰਗਟਾਈ ਜਾ ਰਹੀ ਹੈ ਜੀ ਕਿ ਅਸੀਂ ਕਮਾਲ ਕਰ ਦੇਣੀ ਆ ਪਰ ਉਹਨਾਂ ਨੂੰ ਇੱਕ ਗੱਲ ਦਾ ਨੁਕਸਾਨ ਬਹੁਤ ਥਾਂ ਕਿ ਵੱਡੇ ਬਾਦਲ ਸਾਹਿਬ ਦੀ ਮੌਤ ਹੋ ਗਈ ਹੈ ਤੇ ਕਈ ਦਿਨ ਦੇ ਲਈ ਪਾਰਟੀ ਮੈਦਾਨ ਦੇ ਵਿੱਚੋਂ ਪ੍ਰਚਾਰ ਦੇ ਵਿੱਚੋਂ ਬਾਹਰ ਰਹੀ ਹੈ ਹੁਣ ਵਕਤ ਦੱਸੂਗਾ ਜੀ ਕਿ ਅਕਾਲੀ ਦਲ ਭਾਜਪਾ ਤੋਂ ਅੱਗੇ ਨਿਕਲਦਾ ਵੋਟਾਂ ਦੇ ਵਿੱਚ ਜਾਂ ਪਿੱਛੇ ਦਾਵੇ ਨਾਲ ਇਹ ਗੱਲ ਕਹਿ ਸਕਦੇ ਨੇ ਵੀ ਜੇ ਤਾਂ ਅਕਾਲੀ ਦਲ ਇੱਕ ਪੌੜਾ ਅਗੇ ਰਿਆ ਬੀਜੇਪੀ ਤੋਂ ਵੋਟਾਂ ਲੈਣ ਚ ਫਿਰ ਤਾਂ ਗੱਠਜੋੜ ਹੋਣ ਦੀ ਪੂਰੀ ਪੂਰੀ ਸੰਭਾਵਨਾ ਪਰ ਜੇਕਰ ਇਹਦਾ ਨਾ ਹੋਇਆ ਅਕਾਲੀ ਦਲ ਪਿੱਛੇ ਰਹੇਗਾ ਤੇ ਬੀਜੇਪੀ ਅੱਗੇ ਨਿਕਲ ਗਈ ਫਿਰ ਗੱਠਜੋੜ ਹੋਣ ਦੀ ਸੰਭਾਵਨਾ ਹੋਰ ਘਟ ਜਾਣੀ ਆ ਸੋ ਸਮਾਂ ਦੱਸੂਗਾ ਬੰਦਾ ਕੀ ਆ ਪਰ बसपा ਦੇ ਵੋਟ ਬੈਂਕ ਨੂੰ ਬਹੁਤ ਵੱਡੇ ਪੱਧਰ ਤੇ ਖੋਰਾ ਲੱਗਾ ਕੋਈ ਮੰਨੇ ਜਾਂ ਨਾ ਮੰਨੇ ਇਹ ਗੱਲਾਂ ਮੰਨਣ ਵਾਲਿਆਂ ਨਹੀਂ ਹੁੰਦੇਗਾ ਕਈ ਵਾਰੀ ਇਹ ਬੰਦਾ ਕਹਿੰਦਾ ਜੀ ਕਿ ਮੈਂ ਤਾਂ ਕਮਾਲ ਕਰ ਹੀ ਦਿਨਾ ਹੋਣਾ ਤੁਹਾਨੂੰ ਪਤਾ ਹੀ ਨਹੀਂਗਾ ਇਹ ਨਤੀਜੇ ਨੇ ਬਿਆਨ ਕਰ ਦੇਣਾ ਵੀ ਭਾਈ ਕਿਹੜੇ ਹਲਕੇ ਚੋਂ ਕਿਨੇ ਕਿੰਨੀ ਕਮਾਲ ਕੀਤੀ ਆ ਪਰ ਗੱਲ ਇਹ ਜੀ ਕਿ ਬਸਪਾ ਦੀ ਕਿਸੇ ਵੇਲੇ ਵੋਟ ਬੈਂਕ ਬਹੁਤ ਮਜ਼ਬੂਤ ਸੀ ਉਹ ਸੰਭਾਲ ਕੇ ਨਹੀਂ ਰੱਖੀ ਗਈ ਇਹ ਯੂਪੀ ਦੇ ਵਿੱਚ ਵੀ ਸੰਭਾਲੀ ਨਹੀਂ ਜਾ ਸਕੀ ਉਹਦੇ ਵੱਖੋ ਵੱਖਰੇ ਕਾਰਨ ਹੋ ਸਕਦੇ ਆ ਪੰਜਾਬ ਦੇ ਦੁਆਬਾ ਖੇਤਰ ਦੇ ਵਿੱਚ ਵੀ ਇਵੇਂ ਹੀ ਆ ਉਹ ਕਮਜ਼ੋਰ ਕੋਈ ਵੋਟ ਅਕਾੜੀ ਦਲ ਨੂੰ ਕਿੰਨਾ ਕਤਾਰਦੀ ਹੈ ਜਾਂ ਡੋਪਦੀ ਹੈ ਇਹ ਵਕਤ ਦੱਸੂਗਾ ਪਰ ਅਸੀਂ ਚਾਹੁੰਦੇ ਜੀ ਕਿ ਲੋਕ ਵੋਟ ਵੀ ਜ਼ਰੂਰ ਪਾਉਣ ਆਪਣੀ ਮਰਜ਼ੀ ਮੁਤਾਬਕ ਇੱਛਾ ਦੇ ਮੁਤਾਬਕ ਵੋਟ ਪਾਉਣ ਚੰਗੇ ਨੂੰ ਵੋਟ ਪਾਉਣ ਤੇ ਬਿਨਾਂ ਕਿਸੇ ਲਾਲਚ ਪੈ ਦੇ ਵੋਟ ਪਾਉਣ ਇਸ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਅੱਜ ਵੱਡੇ ਬਾਦਲ ਸਾਹਿਬ ਜਾਨਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਮ ਅਰਦਾਸ ਤੇ ਸ਼ਰਨ ਲੰਗਲੀ ਸਮਾਗਮ। ਬਹੁਤ ਵੱਡੇ ਪੱਧਰ ਤੇ ਤਿਆਰੀਆਂ ਹੋਈਆਂ। 60 ਏਕੜ ਦੇ ਵਿੱਚ ਪਾਰਕਿੰਗ ਵਾਸਤੇ ਪ੍ਰਬੰਧ ਕੀਤਾ ਗਿਆ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਉਣ ਦੀ ਆਸਾ ਕਿਉਂਕਿ 4 ਤੇ 5 ਮਈ ਨੂੰ ਵੀ ਪੰਜਾਬ ਦੇ ਵਿੱਚ ਮੀਂਹ ਤੇ ਗੜਿਆਂ ਦੀ ਭਵਿੱਖਬਾਣੀ ਕੀਤੀ ਗਈ ਹੈ ਇਸ ਕਰਕੇ ਵਾਟਰ ਪ੍ਰੂਫ ਟੈਂਟ ਲਾਇਆ ਗਿਆ। ਮੈਂ ਕੱਲੇ ਰਿਪੋਰਟ ਦੇਖੀ ਕਹਿੰਦੇ ਵੀ 2000 ਤੋਂ ਲੈ ਕੇ 2500 ਤੱਕ ਹਲਵਾਈ ਹੀ ਉੱਥੇ ਕੰਮ ਕਰ ਰਹੇ ਆ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰ ਰਹੇ ਆ ਪਿਛਲੇ 48 ਘੰਟਿਆਂ ਤੋਂ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਸਬਜ਼ੀਆਂ ਕੱਟੀਆਂ ਜਾ ਰਹੀਆਂ ਸਮਾਨ ਲਿਆਂਦਾ ਜਾ ਰਿਹਾ ਤਾਂ ਜੋ ਬਹੁਤ ਵੱਡੇ ਪੱਦਰ ਨੇ ਉੱਤੇ ਜਿਹੜੀ ਸੰਗਤ ਆਊਗੀ ਤੇ ਉਹਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਜਾ ਸਕੇ ਸ਼ਕਾਉਣਾ ਵੀ ਚਾਹੀਦਾ ਜੇਕਰ ਕੋਈ ਬੰਦਾ ਰਾਜਸਥਾਨ ਤੋਂ ਹੁੰਦਾ ਕੋਈ ਇਧਰੋਂ ਪਟਿਆਲੇ ਤੋਂ ਜਾਂਦਾ ਕੋਈ ਬੰਦਾ ਕਿਸੇ ਹੋਰ ਥਾਂ ਤੋਂ ਹੁੰਦਾ ਜਾਂਦਾ ਤੇ ਉਹਦੇ ਲਈ ਫਿਰ ਇਨਕਤਾ ਕਰਨਾ ਵੀ ਚਾਹੀਦਾ ਪਰ ਗੱਲ ਇਹ ਵੀ ਵੱਡੇ ਬਾਦਲ ਸਾਹਿਬ ਦੀਆਂ ਕੱਲ ਅਸਥੀਆਂ ਜਲ ਪ੍ਰਵਾਹ ਕੀਤੀ ਗਈਆਂ ਕੀਰਤਪੁਰ ਸਾਹਿਬ ਦੇ ਵੱਲ ਤੇ ਉਸ ਤੋਂ ਅਗਲੀ ਗੱਲ ਇਹ ਹੈ ਕਿ ਵੱਡੇ ਬਾਦਲ ਸਾਹਿਬ ਦਾ ਨਾਂ ਬਹੁਤ ਵੱਡਾ ਸੀ ਤੇ ਅੱਜ ਅਮਿਤ ਸ਼ਾਹ ਜਿਹੜੇ ਕਿ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਆ ਉਹਨਾਂ ਦੇ ਵੀ ਆਉਣ ਦੀ ਆਸ ਹੈ ਜੀ ਕਿ ਸ਼ਾਇਦ ਉਹ ਬਾਦਲ ਪਿੰਡ ਦੇ ਵਿੱਚ ਪਹੁੰਚਣਗੇ ਜਦੋਂ ਕੋਈ ਵੱਡਾ ਨੇਤਾ ਭਾਜਪੀ ਦਾ ਬਾਦਲ ਪਰਿਵਾਰ ਨੂੰ ਮਿਲਣ ਪਹੁੰਚਦਾ ਮੀਡੀਆ ਦੇ ਵਿੱਚ ਉਦੋਂ ਹੀ ਚਰਚਾ ਚੱਲ ਪੈਂਦੀ ਗੱਠ ਜੋੜ ਹੋ ਜਾਣਾ ਗੱਠ ਜੋੜ ਹੋ ਜਾਣਾ ਸੰਭਾਵਨਾ ਪੂਰੀ ਬਣ ਗਈ ਪਰ ਜਦੋਂ ਭਾਜਪਾ ਦੇ ਇੰਤਜ਼ਾਮਾ ਨੂੰ ਇਹ ਗੱਲ ਕਹਿੰਦੇ ਕਿ ਗੱਠ ਜੋੜ ਦੀ ਸੰਭਾਵਨਾ ਕੋਈ ਨਹੀਂ ਗੱਠ ਜੋੜ ਦੀ ਸੰਭਾਵਨਾ ਕੋਈ ਨਹੀਂ ਤਾਂ ਬਾਦਲ ਸਾਹਿਬ ਦੇ ਪ੍ਰਤੀ ਸਤਿਕਾਰ ਹੈ ਇਸ ਕਰਕੇ ਆ ਰਹੇ ਆ ਜਾ ਰਹੇ ਆ ਆ ਰਹੇ ਆ ਜਾ ਰਹੇ ਹਨ ਹੁਣੇ ਵਕਤ ਦੱਸੂਗਾ ਬਣਦਾ ਕੀ ਆ ਪਰ ਵੱਡੇ ਬਾਦਲ ਸਾਹਿਬ ਦੇ ਅਰਦਾਸ ਸਮਾਗਮ ਦੇ ਵਿੱਚ ਅੰਤਲੇ ਸਮਾਗਮ ਦੇ ਵਿੱਚ ਸ਼ਰਧਾਂਜਲੀ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆਉਣਾ ਰੂਟ ਪਲਾਨ ਜਾਰੀ ਕਰ ਦਿੱਤਾ ਗਿਆ ਤੇ ਬਾਕੀ ਵਕਤ ਦੱਸੂਗਾ ਵੀ ਭਾਈ ਉੱਥੇ ਤਕਰੀਰਾਂ ਕਿਹੋ ਜੀਆਂ ਹੁੰਦੀਆਂ ਤੇ ਕੌਣ ਕੌਣ ਉੱਥੇ ਬੋਲਦੇ ਨੇ ਪ੍ਰਧਾਨ ਮੰਤਰੀ ਸਾਹਿਬੀ ਇਥੇ ਹੋ ਕੇ ਗਏ ਆ ਉਸ ਤੋਂ ਬਾਅਦ ਜੇਪੀ ਨੱਡਾ ਸਾਹਿਬ ਵੀ ਹੋ ਕੇ ਗਏ ਆ ਅਨਰਾਗ ਠਾਕੁਰ ਸਾਹਿਬ ਵੀ ਹੋ ਕੇ ਗਏ ਆ ਅਮਿਤ ਸ਼ਾਹ ਖੋਰੀ ਆ ਰਹੇ ਆ ਯਾਨੀ ਕਿ ਕੇਂਦਰ ਦੇ ਵੱਲੋਂ ਪੂਰਾ ਦੁੱਖ ਪ੍ਰਗਟਾਇਆ ਗਿਆ ਸਿਸ਼ਟਾਚਾਰ ਦੇ ਦਾਤੇ ਇਦਾਂ ਆਉਣਾ ਵੀ ਚਾਹੀਦਾ ਗੱਲ ਕੱਲੇ ਗੱਠ ਜੋੜ ਦੀ ਨਹੀਂ ਗੱਲ ਨੈਤਿਕਤਾ ਦੀ ਵੀ ਹੁੰਦੀ ਆ ਤੇ ਨੈਤਿਕਤਾ ਇਹੀ ਗੱਲ ਕਹਿੰਦੀ ਵੀ ਜੇਕਰ ਕਿਸੇ ਦੇ ਉੱਤੇ ਵੀ ਦੁੱਖ ਦੀ ਘੜੀ ਆਉਂਦੀ ਆ ਤੇ ਫਿਰ ਭਾਈ ਅਸੀਂ ਨਾਲ ਵੀ ਖੜੀਏ ਸੋ ਸਮਾਂ ਦੱਸੂਗਾ ਵੀ ਭਾਈ ਅਕਾਲੀ ਦਲ ਬਾਦਲ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਕਿੱਥੇ ਜੇ ਖੜਦਾ ਅਕਾਲੀ ਦਲ ਕੱਲ੍ਹ ਹੀ ਕੁਝ ਕਰਨ ਇਸ ਬਰਤ ਹੁੰਦਾ ਕਿ ਨਹੀਂ ਜਾਂ 2024 ਦੇ ਮੱਦੇ ਨਜ਼ਰ ਬੀਜੇਪੀ ਦੇ ਨਾਲ ਸਾਂਝ ਪਿਆਲੀ ਪਾਉਗੇ ਨਹੀਂ ਜੇ ਪੈ ਵੀ ਗਈ ਤਾਂ ਕੀ ਜਿਵੇਂ ਬੀਜੇਪੀ ਦੂਜੇ ਨੰਬਰ ਨੇ ਉਤਰੇ ਨਹੀਂ ਹੁੰਦੀ ਸੀ ਅਕਾਲੀ ਦਲ ਨੂੰ ਉੱਥੇ ਜੇ ਰੱਖਿਆ ਜਾਊਗਾ ਜਿੰਨੀਆਂ ਕਿ ਸੀਟਾਂ ਅਕਾਲੀ ਦਲ ਦੇ ਆਗੂ ਬੀਜੇਪੀ ਨੂੰ ਦਿੰਦੀਆਂ ਸੀ ਸੋ ਵਕਤ ਨੇ ਬਿਆਨ ਕਰਨਾ ਬਹੁਤ ਕੁਝ ਪਰ ਫਿਲਹਾਲ ਤਾਂ ਅੰਦਾਜ਼ਾ ਨਾ ਬਾਜ਼ਾਰ ਕਰਮਾ ਪਈ ਆ ਵੀ ਹੋ ਸਕਦਾ ਇਉਂ ਵੀ ਹੋ ਸਕਦਾ ਐਦਾਂ ਵੀ ਹੋ ਸਕਣਾ ਐਦਾਂ ਵੀ ਹੋ ਸਕਣਾ ਖਬਰਾਂ ਦੋਸਤੋ ਕਈ ਹੋਰ ਵੀ ਸੰ ਪਰ ਜੋ ਵਕਤ ਦੀ ਕਾਟੇ ਰੋਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹ ਉਹਨੂੰ ਤਕਲੀਆ ਗਿਆ ਦਿਓ ਬਹੁਤ ਬਹੁਤ ਧੰਨਵਾਦ